ਨੇੜਲੇ ਪਿੰਡ ਤੇਪਲਾ ਵਿਖੇ ਇੱਕ ਕਲਯੁਗੀ ਪੁੱਤਰ ਨੇ ਸੁੱਤੀ ਪਈ ਮਾਤਾ ਦਾ ਕਤਲ ਕਰ ਦਿੱਤਾ, ਜਦਕਿ ਪਤਨੀ ਅਤੇ ਬੱਚੇ ਸਖ਼ਤ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਸਵੇਰੇ ਕਰੀਬ 7 ਵਜੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਇਹ ਪਾਣਾ ਵਰਤਿਆ ਪਿਆ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਲਵਿੰਦਰ ਸਿੰਘ ਦਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ, ਜਿਸ ਦੇ ਚੱਲਦਿਆਂ ਬੀਤੀ ਰਾਤ ਕੁਲਵਿੰਦਰ ਨੇ ਸੁੱਤੀ ਪਈ ਆਪਣੀ ਮਾਤਾ ਨੈਬ ਕੌਰ ਦਾ ਸਰੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਨੈਬ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਲਿਆਂਦਾ ਹੈ। ਹਾਲ ਦੀ ਘੜੀ ਵਿੱਚ ਹਰਜਿੰਦਰ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ ਪ੍ਰੇਮ ਸਿੰਘ ਨੇ ਕਿਹਾ, ਹਰਜਿੰਦਰ ਸਿੰਘ ਸਾਨੂੰ ਜਗਦੀਪ ਚੰਦ ਵਾਸੀ ਤੇਪਲਾ ਦਾ ਰਹਿਣ ਵਾਲਾ ਸੀ। ਇਹ ਕਿਰਾ ਬੀਤੀ ਰਾਤ ਸਮੇਤ ਪਰਿਵਾਰ ਆਪਣੇ ਘਰ ਸੀ ਅਤੇ ਕਿਸੇ ਘਰੇਲੂ ਕਾਰਨਾਂ ਕਰਕੇ ਇਹਨਾਂ ਦਾ ਆਪਸ ਝਗੜਾ ਹੋ ਗਿਆ। ਝਗੜੇ ਦੌਰਾਨ ਇਹਨੇ ਆਪਣੀ ਮਾਤਾ ਨਸੀਬ ਕੌਰ ਅਤੇ ਘਰ ਵਾਲੀ ਕੁਲਵਿੰਦਰ ਕੌਰ, 3 ਬੱਚੇ, 2 ਜਿਨ੍ਹਾਂ 'ਚ 2 ਬੇਟੀਆਂ 1 ਬੇਟਾ, ਇਹਨਾਂ ਸਾਰਿਆਂ ਨੇ ਗੰਭੀਰ ਸੱਟਾਂ ਮਾਰੀਆਂ ਸੀ। ਤਾਂ ਆਪ ਮੌਕੇ ਤੋਂ ਫਰਾਰ ਹੋ ਗਿਆ। ਤਾਂ ਸਵੇਰੇ ਮੋਰਨਿੰਗ 7:30 ਜਦੋਂ ਇਹ ਪਰਿਵਾਰ ਘਰੋਂ ਬਾਹਰ ਨਹੀਂ ਨਿਕਲਿਆ ਤਾਂ ਗੁਆਂਢੀਆਂ ਨੇ ਦੇਖਿਆ ਵੀ ਪਰਿਵਾਰ ਘਰੋਂ ਬਾਹਰ ਨਹੀਂ ਨਿਕਲਿਆ ਤਾਂ ਦੇਖਿਆ ਤਾਂ ਇਹਨਾਂ ਦੇ ਜਿਹੜੇ ਲਹੂ ਲੁਹਾਣ ਹੋ ਪਏ ਸੀ। ਜੋ ਪਿੰਡ ਵਾਸੀਆਂ ਨੇ ਇਹਨਾਂ ਨੂੰ ਇਲਾਜ ਵਾਸਤੇ ਸਿਵਲ ਹੋਸਪਿਟਲ ਅੰਬਾਲੇ ਦਾਖਲ ਕਰਾਇਆ। ਜਿਹੜੀ ਇਹਦੀ ਮਾਤਾ ਸੀ ਹਰਜਿੰਦਰ ਕੌਰ ਦੀ, ਨਸੀਬ ਕੌਰ, ਇਹਨਾਂ ਦੇ ਦੱਸਣ ਮੁਤਾਬਕ ਦੇ ਸਿਰ 'ਚ ਸੱਟ ਸੀ ਜੋ ਮੌਕੇ 'ਤੇ ਡੈਥ ਹੋ ਚੁੱਕੀ, ਪਰ ਫਿਰ ਵੀ ਪਿੰਡ ਵਾਲਿਆਂ ਨੇ ਇਹਨੂੰ ਇਲਾਜ ਵਾਸਤੇ APGEN ਰਾਜਪੁਰਾ ਦਾਖਲ ਕਰਵਾਇਆ ਸੀ, ਜਿੱਥੇ ਇਹਨੂੰ ਬੈੱਡ ਡਿਕਲੇਅਰ ਕੀਤਾ ਗਿਆ। ਅਤੇ ਇਹਨਾਂ ਦੇ ਦੂਜੀ ਜਿਹੜੀ ਵਾਈਫ ਔਰ ਇਹਦੇ ਬੱਚਿਆਂ ਦੇ ਗੰਭੀਰ ਸੱਟਾਂ ਹੋਣ ਕਰਕੇ ਸਿਵਲ ਹੋਸਪਿਟਲ ਅੰਬਾਲੇ ਵਾਲਿਆਂ ਨੇ ਇਹਨਾਂ ਨੂੰ GMCHE 32 ਚੰਡੀਗੜ੍ਹ ਰੈਫਰ ਕਰਤਾ, ਜਿੱਥੇ ਉਹ ਦੇ ਰਹੇ ਇਲਾਜ ਨੇ। ਉੱਥੇ ਅਸੀਂ ਗਏ ਸੀ, ਉੱਥੇ ਮੌਕਾ ਦੇਖ ਕੇ ਸਾਰਾ ਦੇਖ ਕੇ ਇਹ ਅਨਫਿੱਟ ਨੇ ਅਤੇ ਇਹ ਜਿਹੜਾ ਦੋਸ਼ੀ ਹਰਜਿੰਦਰ ਸਿੰਘ, ਇਹਦੇ ਸਾਲਾ ਜਿਹੜਾ ਕਮਲਜੀਤ ਸਿੰਘ ਵਾਸੀ ਸਿਰ ਕੱਪੜਾ, ਇਹਦੇ ਬਿਆਨ 'ਤੇ ਅਸੀਂ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ।